ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕਲਰਸ ਚੈਨਲ ਤੇ ਚੱਲ ਰਹੇ ਸੀਰੀਅਲ ਰਾਮਸੀਆ ਕੇ ਲਵਕੁਸ਼ ਦੇ ਵਿਰੋਧ ਚ ਵਾਲਮੀਕਿ ਭਾਈਚਾਰੇ ਵੱਲੋਂ 7 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਅਸਰ ਅੱਜ ਪੰਜਾਬ ਭਰ ਚ ਦੇਖਣ ਨੂੰ ਮਿਲ ਰਿਹਾ ਹੈ। ਹਲਕਾ ਫਗਵਾੜਾ ਵਿਖੇ ਵੀ ਇਸ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੋਂ ਦੇ ਬਾਜ਼ਾਰਾਂ ਚ ਦੁਕਾਨਾਂ ਬੰਦ ਹਨ। ਇਸ ਬੰਦ ਨੂੰ ਲੈ ਕੇ ਧਰਮਵੀਰ ਸੇਟੀ ਨੇ ਕਿਹਾ ਹੈ ਕਿ ਉਹ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਸ ਬੰਦ ਦੇ ਸੱਦੇ ਨੂੰ ਸਫਲ ਕਰਨ ਚ ਉਹਨਾਂ ਦਾ ਸਾਥ ਦਿੱਤਾ। ਉਹਨਾਂ ਕਿਹਾ ਹੈ ਕਿ ਇਹ ਬੰਦ ਪੂਰਨ ਤੌਰ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਜੈ ਵਾਲਮੀਕੀ ਜੀ, ਜਿਹੜੀ ਬੰਦ ਦਾ ਸੱਦਾ ਤੌਰ ਦਿੱਤਾ ਸੀ ਅਸੀਂ, ਜਿਵੇਂ ਕਿ ਸੀਆ ਰਾਮ ਕੇ ਲਵ ਕੁਛ ਨਾਟਕ ਚੱਲ ਰਿਹਾ ਸੀਗਾ ਅਤੇ ਸਾਡੇ ਭਗਵਾਨ ਵਾਲਮੀਕੀ ਤੀਰਥ ਅਕਾਲ ਤਖ਼ਤ ਤੋਂ ਇੱਕ ਮੈਸੇਜ ਆਇਆ ਸੀਗਾ ਬਈ ਆਪਾਂ ਇਸ ਸੰਬੰਧ 'ਚ ਨਾਟਕ ਬੰਦ ਕਰਨ ਤੋਂ ਹੜਤਾਲ ਕੀਤੀ ਆ। ਅਸੀਂ ਸ਼ਹਿਰ ਵਾਸੀਆਂ ਦਾ ਪੂਰਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਬੰਦ ਦੇ ਵਿੱਚ ਸਾਡਾ ਪੂਰਾ ਸਮਰਥਨ ਦਿੱਤਾ ਸੀ, ਉਹਨਾਂ ਦਾ ਭਗਵਾਨ ਵਾਲਮੀਕੀ ਐਕਸ਼ਨ ਕਮੇਟੀ ਵੱਲੋਂ ਅਤੇ ਮੰਦਰ ਕਮੇਟੀ ਵੱਲੋਂ, ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ, ਆਦਿ ਧਰਮ ਸਮਾਜ ਵੱਲੋਂ, ਸੈਂਟਰਲ ਵਾਲਮੀਕੀ ਸਭਾ ਸਮਾਜ ਸਭਾ ਵੱਲੋਂ ਇਹਨਾਂ ਦਾ ਪੂਰਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬੰਦ 'ਚ ਸਾਡਾ ਪੂਰਾ ਸਹਿਯੋਗ ਦਿੱਤਾ। ਕਿਉਂਕਿ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਪਹਿਲੇ ਵਾਲਮੀਕੀ ਸਮਾਜ ਦੇ ਨਹੀਂ ਆ, ਇਹ ਸਾਰਿਆਂ ਦੇ ਸਾਂਝੇ ਆ, ਇਹ ਸਾਰਿਆਂ ਦੇ ਗੁਰੂ ਆ। ਇਸ ਕਰਕੇ ਇੱਕ ਵਾਰੀ ਫੇਰ ਸਾਡੇ ਨੂੰ ਵਾਲਮੀਕੀ ਸਮਾਜ ਨੂੰ ਪੂਰੇ ਸ਼ਹਿਰ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਇਸ ਬੰਦ ਕਾਲ ਵਿੱਚ ਸਾਡਾ ਸਮਰਥਨ ਦਾ। ਜੈ ਵਾਲਮੀਕੀ। ਜ਼ਿਕਰਯੋਗ ਹੈ ਕਿ ਸੀਰੀਅਲ 'ਚ ਭਗਵਾਨ ਵਾਲਮੀਕੀ ਜੀ ਦੇ ਇਤਿਹਾਸ ਨੂੰ ਗਲਤ ਦਿਖਾਇਆ ਗਿਆ ਹੈ, ਜਿਸ ਦੇ ਵਿਰੋਧ 'ਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫਗਵਾੜਾ ਤੋਂ ਮਨੀਸ਼ ਚੱਡਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।